ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਅੱਜ ਗੱਲ ਕਰਾਂਗੇ ਪੀਐਸਟੈਟ ਦੇ ਰਿਜ਼ਲਟ ਬਾਰੇ ਤੇ ਉਹਦੇ ਲਈ ਇੱਕ ਅਪਡੇਟ ਆਈ ਹੈ ਨਿਊਜ਼ਪੇਪਰ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਲਿਖਿਆ ਕਿ 10 ਤੋਂ ਬਾਅਦ ਹੀ ਜਾਰੀ ਹੋਵੇਗਾ ਪੀਟੈਟ ਪ੍ਰੀਖਿਆ ਦਾ ਨਤੀਜਾ ਤੇ ਇੱਥੇ ਤੁਸੀਂ ਜਿਹੜੀ ਪੇਪਰ ਦੀ ਕਟਿੰਗ ਹੈ ਉਹ ਤੁਹਾਨੂੰ ਸਾਫ਼ ਨਹੀਂ ਦਿਖ ਰਹੀ ਹੋਣੀ ਇਸ ਲਈ ਤੁਸੀਂ ਵੀਡੀਓ ਨੂੰ 720 ਪਿਕਸਲ ਐ 480 ਪਿਕਸਲ ਤੇ ਕਰਕੇ ਇੱਕ ਵਾਰੀ ਦੇਖ ਲੈਣਾ ਬਾਕੀ ਮੈਂ ਤੁਹਾਨੂੰ ਦੱਸ ਦੇਣਾ ਕਿ ਕੀ ਲਿਖਿਆ ਹੋਇਆ ਹੈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਪੀਟੈਡ ਦਾ ਨਤੀਜਾ 10 ਮਾਰਚ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ ਪੰਜਾਬ ਵਿਧਾਨ ਸਭਾ ਚੋਣਾਂ ਕਰਨ ਚੋਣ ਜਾਬਤਾ 10 ਮਾਰਚ ਨੂੰ ਖਤਮ ਹੋਵੇਗਾ ਇਸ ਲਈ ਨਤੀਜਾ ਵੀ 10 ਤੋਂ ਬਾਅਦ ਹੀ ਜਾਰੀ ਹੋਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਡਾਕਟਰ ਜਨਕ ਰਾਜ ਮਹਿਕ ਨੇ ਕਿਹਾ ਹੈ ਕਿ ਮਹਿਰੋਕ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੀਟ ਸਟਟ ਦਾ ਨਤੀਜਾ ਚੋਣ ਜਬ ਤੱਕ ਖਤਮ ਹੋਣ ਤੋਂ ਬਾਅਦ ਹੀ ਐਲਾਨਿਆ ਜਾ ਸਕਦਾ ਹੈ ਯਾਨੀ ਕਿ ਤੁਹਾਡਾ ਹੁਣ ਜਿਹੜਾ ਰਿਜ਼ਲਟ ਹੈ ਇਹਦਾ ਪੀਸ ਪੀਸਟਟ ਦਾ ਉਹ 10 ਮਾਰਚ ਤੋਂ ਬਾਅਦ ਹੀ ਆਵੇਗਾ ਇਹ ਤੁਹਾਨੂੰ ਇੱਥੇ ਸਾਫ ਸਾਫ ਜਿਹੜਾ ਹੈਗਾ ਪਤਾ ਲੱਗ ਰਿਹਾ ਹੈ ਦੂਜੇ ਪਾਸੇ ਅਸਾਮੀਆਂ ਲਈ ਅਪਲਾਈ ਨਹੀਂ ਕਰ ਪਾਉਣਗੇ ਵਿਦਿਆਰਥੀ ਨੇ ਮੰਗ ਕੀਤੀ ਹੈ ਕਿ ਮਾਸਟਰ ਕੈਡਰ ਲਈ ਤੈ ਮਿਤੀ 10 ਮਾਰਚ ਨੂੰ ਵਧਾ ਕੇ ਅੱਗੇ ਕੀਤਾ ਜਾਵੇ ਕਿਉਂਕਿ ਦੇਖੋ 10 ਨੂੰ ਤਾਂ ਇਧਰ ਰਿਜ਼ਲਟ ਆ ਰਹੇ ਪੀਐਸਟਟ ਦਾ ਤੇ 10 ਨੂੰ 10 ਤੱਕ ਹੀ ਉਹਦੀ ਜਿਹੜੀ ਮਾਸਟਰ ਕੈਡਰ ਦੀ ਉਹ ਲਾਸਟ ਡੇਟ ਸੀਗੀ ਤਾਂ ਕਰਕੇ ਉਹਨੂੰ ਅੱਗੇ ਵਧਾਉਣ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਜਿਕਰ ਯੋਗ ਹੈ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 24 ਦਸੰਬਰ 2021 ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਲਈ ਗਈ ਵੱਡੀ ਗਿਣਤੀ 'ਚ B.Ed ਅਤੇ ETT 홀ਡਰ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਇਸ ਪ੍ਰੀਖਿਆ ਦਾ ਨਤੀਜਾ 24 ਜਨਵਰੀ ਨੂੰ ਆਉਣਾ ਤੈਅ ਕੀਤਾ ਗਿਆ ਸੀ ਪਰ ਉਹ ਚੌਣ ਜਾਪਤਾ ਹੁਣ ਨਤੀਜਾ ਜਿਹੜਾ ਹੈਗਾ ਦੇਰੀ ਹੋ ਗਿਆ ਮਾਸਟਰ ਕੈਡਰ ਲਈ ਅਪਲਾਈ ਕਰਨ ਦਾ ਦਿੱਤਾ ਜਾਵੇਗਾ ਮੌਕਾ ਯਾਨੀ ਕਿ ਜਿਹੜਾ ਮਾਸਟਰ ਕੈਡਰ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੀ ਡੇਟ ਨੂੰ ਐਕਸਟੈਂਡ ਕਰ ਦਿੱਤਾ ਜਾਵੇਗਾ ਤਾਂ ਇਹ ਸੀ ਜੀ ਅਪਡੇਟ ਪੀਐਸਟਟ ਸਟੂਡੈਂਟ ਲਈ ਤੇ ਹੋਰ ਕਿਸੇ ਨੇ ਕੋਈ ਹੋਰ ਇਹਦੇ ਲਈ ਜਾਣਕਾਰੀ ਲੈਣੀ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ ਬਾਕੀ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ